ਤੁਸੀਂ ਤਾਂ ਕਹਿੰਦਾ ਸੀ ਜਾਂਦਾ ਵੀ ਵਾਰੀ ਲੱਗਣਾ ਬੋਰਿਓ ਸੱਚ ਹੀ ਕਹਿੰਦੇ ਸੀ ਹਜੇ ਤੱਕ ਨਹੀਂ ਲੱਗਾ। ਬਿਸਮਿਲ੍ਲਾ ਰਹਿਮਾਨ ਰਹੀਮ, ਅਸਲਾਮ ਅਲੈਕੁਮ। ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਅਸੀਂ ਵੀ ਇਨਸ਼ਾਅੱਲਾ ਠੀਕ ਠਾਕ ਹਾਂ। ਗਏ ਆਇਆ ਡੇਰੇ 'ਤੇ, ਪੀਟਰ ਚਲਾਏ ਨੇ ਅੱਜ ਤਾਂ ਕਿੱਲਾ ਜਿਹੜਾ ਉਹ ਜਲਦੀ ਪੀ ਜਾਣ, ਪਾਣੀ ਸਾਰਾ ਭਰੀ ਗਿਆ। ਹੁਣ ਚੱਲਿਆ ਮੇਰਾ ਟਰੈਕਟਰ ਕੱਢਣ ਲੱਗਾ, ਉੱਥੋਂ ਮੈਂ ਕਿਹਾ ਤੇਰਾ ਟਰੈਕਟਰ ਕਢਾਉਣਾ ਅਤੇ ਗਦਾਲ ਕਰਨ ਲੈਣੇ, ਮੈਂ ਜਾਣਾ ਸ਼ਹਿਰ ਅਤੇ ਸ਼ਹਿਰ ਹੋ ਕੇ ਆ ਕੇ ਅਤੇ ਫਿਰ ਇਹਨਾਂ ਕੋਲ ਵੇਖਦੇ ਹਾਂ ਕੀ ਕੀਤਾ ਨੇ। ਅੱਜ ਤਕਰੀਬਨ ਜਿਹੜਾ ਉਹ ਕਿੱਲਾ ਲਾ ਛੱਡਣ ਦੇ, ਅੱਗੇ ਦੋ ਦਿਨਾਂ 'ਚ ਕਿੱਲਾ ਲਾਉਂਦੇ ਰਹੇ ਨੇ, ਲੇਕਿਨ ਅੱਜ ਜਿਹੜਾ ਇੱਕ ਦਿਨ ਵਿੱਚ ਕਿੱਲਾ ਲਾ ਛੱਡਣਾ ਨੇ, 12:00 ਵਜੇ ਤੁਹਾਡੀ ਕਿੱਲਾ ਲਾ ਛੱਡਣਾ। ਬਾਰਿਸ਼ ਨਾਲ ਜਿਹੜਾ ਪਿੰਡਾਂ ਦਾ ਮਾਹੌਲ ਵੇਖੋ ਕਿਹੋ ਹੋਇਆ, ਮਾਸ਼ਾਅੱਲਾ ਪੂਰੀ ਆਰਸ਼ ਹੈ, ਹਰੀ ਭਰੀ ਹੋ ਗਈ। ਰਾਤੀ ਵੀ ਬਾਰਿਸ਼ ਹੋਈ ਹੈ, ਕੱਲ੍ਹ ਵੀ ਬਾਰਿਸ਼ ਹੋਈ ਹੈ, ਮਾਸ਼ਾਅੱਲਾ ਕੱਲ੍ਹ ਤਾਂ ਚੰਗੀ ਬਾਰਿਸ਼ ਹੋਈ, ਰਾਤੀ ਤਾਂ ਕਿਤੇ ਸੁੱਤਿਆ ਹੋ ਗਈ ਹੈ, ਅਤੇ ਜਿਹੜੀ ਕੱਲ੍ਹ ਦਿਹਾੜੀ ਹੋਈ ਹੈ ਉਹਦਾ ਵਿਲਾਗ ਕੱਲ੍ਹ ਅਪਲੋਡ ਕਰ ਛੜਿਆ, ਉਹ ਤਾਂ ਸਾਡੇ ਉੱਤੇ ਹੀ ਸਾਰੀ ਵਸੀ ਹੈ। ਤੂੰ ਮੇਰਾ ਮੇਰੇ ਲਈ ਆ ਰਿਹਾ, ਕਿੱਧਰ ਕਿੱਥੇ ਚੱਲੇ ਹੈ ਦੱਸ ਨਾ, ਕਿੱਧਰ ਚੱਲੇ, ਇੱਧਰ ਕਿੱਥੇ ਚੱਲੇ, ਬੋਲ ਨਾ, ਮੈਨੂੰ ਤਾਂ ਨਹੀਂ ਬੁਲਾਉਣਾ ਯਾਰ ਹੈ। ਕੈਮਰਾ ਵੇਖ ਕੇ ਮੁੰਡਾ ਡੈਡ ਹੋ ਗਿਆ, ਚੱਲ ਜਾ ਫਿਰ ਤੁਰਿਆ। ਜੇ ਤੋਂ ਨਾਜ਼ਰੀਨ, ਖਾਣਾ ਆ ਗਿਆ, ਬੰਦੇ ਸਾਰੇ ਖਾਣਾ ਖਾ ਰਹੇ ਨੇ, ਹੁਣ ਚਾਹ ਵੀ ਪੀ ਰਹੇ ਨੇ ਨਾਲ ਖਾਣਾ ਵੀ ਖਾ ਰਹੇ ਨੇ, ਅਤੇ 9 ਵੱਜ ਗਏ ਨੇ, 9 ਵਜੇ ਇਹਨਾਂ ਦਾ ਖਾਣਾ ਆਉਂਦਾ, ਅਤੇ ਇਹ ਨਾਲ ਦੂਸਰਾ ਕਿੱਲਾ ਜਿਹੜਾ ਇਹਦੇ 'ਚ ਪਾਣੀ ਪਾਏ ਹੈ, ਅਤੇ ਟਰੈਕਟਰ ਵੀ ਆ ਕੇ ਬੰਨੇ 'ਤੇ ਖਲੋਤੇ ਹੈ, ਇਹਦਾ ਅੱਜ ਗਦਾਲ ਕਰਨਾ ਹੈ। ਇੱਕ ਕਿੱਲਾ ਗਦਾਲ ਤਿਆਰ ਹੈ, ਉਹ ਲਾਉਂਦੇ ਨੇ ਪੇਮੂ ਜੀ, ਅੱਜ ਇਹਨਾਂ ਨੇ ਕਿੱਲਾ ਪੂਰਾ ਲਾ ਛੱਡਣਾ ਇਨਸ਼ਾਅੱਲਾ। ਮੈਂ ਹੁਣ ਆ ਗਿਆ ਸਲੋਨ 'ਤੇ, ਇੱਥੇ ਖਤ ਕਰਾਉਣ ਲੱਗਾ, ਅਤੇ ਬੰਦਾ ਕਹਿੰਦਾ ਵਾ ਵਿਲਾਗ ਬਣਾਓ, ਮੈਂ ਕੋਈ ਵਿਲਾਗ ਬਣਾਉਣਾ ਸੀ, ਲੇਕਿਨ ਬੰਦਾ ਕਹਿੰਦਾ ਵਿਲਾਗ ਬਣਾਓ ਨਾਲ। ਇਹ ਮੇਰਾ ਵਿਲਾਗ ਵੀ ਵੇਖਦੇ ਨੇ, ਵੀਡੀਓ ਵੇਖਦੇ ਨੇ, ਕਹਿੰਦੇ ਨੇ ਬਹੁਤ ਮਜ਼ਾ ਆਉਂਦਾ ਤੁਹਾਡੀਆਂ ਵੀਡੀਓ ਵੇਖਣ ਦਾ, ਅਤੇ ਸਾਡੀ ਵੀ ਵੀਡੀਓ ਨਾਲ ਬਣਾਓ। ਇਹਨਾਂ ਦੀ ਵੀ ਵੀਡੀਓ ਬਣਾ ਰਿਹਾ। ਅੱਜ ਜਿਹੜਾ ਮੇਰਾ ਇੱਕ ਦੋਸਤ ਹੈ ਸੁਫੀਆਨ, ਉਹ ਕੋਈ ਨਹੀਂ ਆਇਆ, ਅੱਗੇ ਸੁਫੀਆਨ ਕੋਲੋਂ ਮੈਂ ਕੰਮ ਸ਼ਾਮ ਕਰਾਉਣਾ। ਅਤੇ ਜੀ ਦੋਸਤੋ, ਮੈਂ ਪਹੁੰਚ ਆਇਆ ਜੀ ਸਲਮਾਨ ਕੋਲ। ਸਲਮਾਨ ਪਤਾ ਨਹੀਂ ਸਲਮਾਨ ਇੱਥੇ ਜੀ, ਕੀ ਹਾਲ ਹੈ, ਸੈਫ ਨੂੰ ਵੀ ਲੈਂਦਾ ਤੋੜ ਉੱਥੋਂ ਜਾ ਕੇ ਲਿਆਂਦਾ ਹੈ। ਮੈਂ ਕਿਹਾ ਆ ਜਾ ਬਾਈ ਸਲਮਾਨ ਆਏ, ਅਸੀਂ ਹੁਣ ਜਾ ਰਹੇ ਹਾਂ ਸਟੋਰੀ ਕਰਨ, ਅਸੀਂ ਆਪਣੇ ਪਿੰਡ ਚੱਕ ਲਸ਼ਕਰੀ ਉੱਥੇ ਜਾ ਰਹੇ ਹਾਂ ਸਟੋਰੀ ਵਾਸਤੇ। ਅੱਗੇ ਦੋ ਤਰੇ ਆਈ ਐਮ ਰੈਡੀ, ਸਾਡਾ ਚੈਨਲ ਹੈ ਨਾ ਜਿਹੜਾ ਪਾਕਿਸਤਾਨ ਫਨੀ ਟੀਵੀ, ਉਹਦੇ ਤੇ ਸਟੋਰੀਆਂ ਅਪਲੋਡ ਹੋ ਰਹੀਆਂ ਨੇ, ਉਹਦਾ ਵਿਜ਼ਿਟ ਕਰੋ, ਇਨਸ਼ਾਅੱਲਾ ਤੁਹਾਨੂੰ ਮਜ਼ਾ ਆਵੇਗਾ। ਕਿਉਂ ਸਰ ਸਾਹਿਬ ਜੀ, ਇਨਸ਼ਾਅੱਲਾ ਇਨਸ਼ਾਅੱਲਾ। ਡਾਇਰੈਕਟਰ ਮੈਨੇਜਰ, ਡਾਇਰੈਕਟਰ ਮੋਲਵੀ ਸਾਹਿਬ ਨੇ, ਮੈਂ ਐਡੀਟਰ ਆ, ਕੈਮਰਾਮੈਨ ਉਹਨਾਂ ਦੇ ਨਾਲੇ ਐਕਟਰ ਵੀ ਆ। ਤੁਸੀਂ ਕੀ ਹੋ? ਅਸੀਂ ਆਲ ਰਾਊਂਡਰ। ਤੇਰੀ ਵੀਡੀਓ ਬਣਾ ਰਹੇ ਹਾਂ। ਜੂਸ ਪਿਲਾਇਆ ਜਾਏਗਾ ਇਨਸ਼ਾਅੱਲਾ, ਪੂਰੀ ਟੀਮ ਦੀ ਖਿਦਮਤ ਕਰ ਰਹੇ ਨੇ ਇਹ ਮਹਿਮਾਨਾਂ ਨੂੰ, ਜਿਹੜਾ ਉਹ ਪੂਰੀ ਉੱਥੇ ਖਿਦਮਤ ਕੀਤੀ ਜਾਏਗੀ ਡੇਰੇ ਤੇ, ਆਪਣੇ ਡੇਰੇ ਤੇ ਇਨਸ਼ਾਅੱਲਾ ਵੇਚ ਵੀ ਲਾ ਦੇ ਕੇ, ਜੇ ਕੋਈ ਗਾਹਕ ਲਾ ਕੇ ਵੇਚ ਵੀ ਲਾ ਦੇ ਕੇ, ਵੇਚਣ ਚ ਕਿਹੜਾ, ਸਾਰੀ ਦੁਨੀਆ ਵੇਚਦੀ ਹੈ।
ਨਹੀਂ ਸਾਰੀ ਦੁਨੀਆ ਵੇਚਦੀ ਹੈ ਵੀ ਜੇ ਅਸੀਂ ਵੇਚ ਲਿਆ ਤਾਂ ਕੀ ਹੈ ਓਏ ਕਾਈ ਵਾਸੇ ਨੇ ਨਹੀਂ ਨਹੀਂ ਦੁਕਾਨ ਤੂੰ ਕਿਸ ਤਰ੍ਹਾਂ ਦੇ ਆਪਣਾ ਜੀ ਤਾਂ ਦੋਸਤੋ ਅਸੀਂ ਪਹੁੰਚੇ ਜੇ ਆਪਣੇ ਪਿੰਡ ਅਤੇ ਚੌਧਰੀ ਜ਼ੈਬ ਦੀ ਬੈਠਕ 'ਚ ਦਾਰੇ 'ਚ ਚੱਲੇ ਹੈ ਅਤੇ ਕਹਿੰਦਾ ਵਾ ਦਾਰੇ 'ਚ ਨਹੀਂ ਇੱਧਰ ਬੈਠਕ 'ਚ ਆਓ ਕੋਈ ਚਾਹ ਸ਼ਾਹ ਹੋ ਜੇ ਅਸਲਾਮ ਵਾਲੇਕਮ ਜੀ ਬੈਠਕ ਮਾਸ਼ਾਅੱਲਾ ਸੋਹਣੀ ਮੈਂ ਅੱਜ ਪਹਿਲੇ ਦਿਨ ਆਇਆ ਜਿਹੜੀ ਗੱਲ ਮੈਂ ਉਹਦਾ ਵੀ ਬਹਾਨਾ ਲੈਟ ਹੀ ਬਾਲ ਛੜੋ ਮੁਲੀ ਸਾਹਿਬ ਬੰਦਾ ਟਹਿ ਗਿਆ ਗਰਮੀ ਨਾਲ ਲੱਭ ਕੇ ਸਾਡਾ ਮਾਸ਼ਾਅੱਲਾ ਸੀਲਿੰਗ ਵੀ ਸੋਹਣੀ ਜ਼ੈਬ ਸਾਹਿਬ ਤੁਰ ਗਏ ਨੇ ਪਾਣੀ ਲੈਣ ਵਾਸਤੇ ਅਤੇ ਮਾਸ਼ਾਅੱਲਾ ਬੈਠਕ ਮੈਨੂੰ ਬੜੀ ਪਸੰਦ ਆਈ ਕਿਹਦਾ ਫੋਨ ਆ ਗਿਆ ਜੀ ਹੈਲੋ ਮੁਲੀ ਸਾਹਿਬ ਜੀ ਪਾਣੀ ਪਿਆ ਲੋ ਅਟੈਕ ਗਿਆ ਜੇ ਪਿੱਛੇ ਆਰਾਮ ਦਾ ਟਾਈਮ ਹੈ ਕਿ ਕੰਮ ਦਾ ਟਾਈਮ ਹੈ ਜੀ ਤਾਂ ਦੋਸਤੋ ਅਸੀਂ ਸ਼ੂਟਿੰਗ ਦੇ ਦੌਰਾਨ ਬੈਠੇ ਹਾਂ ਗੱਪ ਸ਼ੱਪ ਲਾ ਰਹੇ ਹਾਂ ਅਤੇ ਸ਼ੂਟ ਕਰਕੇ ਬੜੀ ਗਰਮੀ ਪੈ ਰਹੀ ਹੈ ਕਿਉਂਕਿ ਦਵਾਣੇ ਵਾਲੇ ਪਲਾਟ ਵਿੱਚ ਸ਼ੂਟਿੰਗ ਕਰਕੇ ਆਏ ਹਾਂ ਹੁਣ ਅਸੀਂ ਬਹਿ ਕੇ ਗੱਪ ਸ਼ੱਪ ਲਾ ਰਹੇ ਹਾਂ ਆਵਾਜ਼ ਝੁੱਲੀ ਹੈ ਥੋੜ੍ਹਾ ਜਿਹਾ ਪਸੀਨਾ ਖੁਸ਼ਕ ਹੋਵੇ ਅਤੇ ਉਸ ਤੋਂ ਬਾਅਦ ਇੱਕ ਸਟੋਰੀ ਹੋਰ ਬਣਾਉਣੀ ਹੈ ਅਤੇ ਉਹਦੀ ਵੀ ਰਿਕਾਰਡਿੰਗ ਜਿਹੜੀ ਸ਼ੂਟ ਕਰਨੇ ਹਾਂ ਤੁਹਾਨੂੰ ਉਹ ਵੀ ਵਿਖਾਉਂਦੇ ਹਾਂ ਕਿ ਅਸੀਂ ਅੱਜ ਜਿਹੜਾ ਸ਼ੂਟ ਕਿਤਨੀਆਂ ਕੀਤੀਆਂ ਨੇ ਸਾਰੀਆਂ ਤੁਹਾਨੂੰ ਦੱਸਾਂਗੇ ਇਸ ਵਲੋਗ ਵਿੱਚ ਇਹ ਨਿੱਕਾ ਜਿਹੜਾ ਅੱਜ ਸਾਡੀ ਵੀਡੀਓ 'ਚ ਆਇਆ ਮਾਸ਼ਾਅੱਲਾ ਬਹੁਤ ਹੀ ਅੱਛਾ ਬੱਚਾ ਹੈ ਮਾਸ਼ਾਅੱਲਾ ਬਹੁਤ ਹੀ ਅੱਛਾ ਬੱਚਾ ਹੈ ਜਿਹੜਾ ਕੰਮ ਆਖਦੇ ਹਾਂ ਜਿਹੜਿਆਂ ਨੂੰ ਕੋਈ ਗੱਲਬਾਤ ਆਖਦੇ ਹਾਂ ਮਾਸ਼ਾਅੱਲਾ ਭੱਜ ਭੱਜ ਕੇ ਕਰਦਾ ਪਿਆ ਅਤੇ ਇਹਦੀ ਫੋਟੋ ਵੀ ਇੱਕ ਬਣਾਉਣੀ ਹੈ ਉਹ ਇਹਨੂੰ ਕਢਾ ਕੇ ਦੇਣੀ ਹੈ ਠੀਕ ਹੋ ਗਿਆ ਇਹ ਪਨੀਰੀ ਲਾਈ ਨੇ ਮੁੰਜੀ ਵਾਸਤੇ ਇੱਧਰ ਵਾਲੀ ਤਾਂ ਮਾਸ਼ਾਅੱਲਾ ਰਲੀ ਹੈ ਵੱਡੀ ਵੱਡੀ ਹੋਈ ਹੈ ਅਤੇ ਇੱਧਰ ਵਾਲੀ ਜਿਹੜੀ ਛੋਟੀ ਹੈ ਚੱਲ ਨਾ ਤੈਨੂੰ ਕੀ ਚਾਹੀਦੇ ਜਾਨ ਤੇਰੇ ਤੂੰ ਬਾਤ ਸਾ ਤੂੰ ਤਾਰੇਰੀ ਜੀ ਤੋ ਮੇਰੇ ਪਿਆਰੇ ਪਿਆਰੇ ਪਾਕਿਸਤਾਨੀਓ ਅਸੀਂ ਸਟੋਰੀ ਕੰਪਲੀਟ ਕਰ ਲਈ ਅੱਜ ਮਾਸ਼ਾਅੱਲਾ ਤਿੰਨ ਚਾਰ ਸਟੋਰੀਆਂ ਅਸੀਂ ਬਣਾਈਆਂ ਨੇ ਕੀਤੀਆਂ ਨੇ ਮੈਨੂੰ ਥਕਾਵਟ ਹੋ ਗਈ ਚਾਰ ਸਟੋਰੀਆਂ ਕੀਤੀਆਂ ਨੇ ਅੱਜ ਥਕਾਵਟ ਹੋ ਗਈ ਪੂਰੇ ਹਫਤੇ ਦਾ ਮਾਦ ਇਕੱਠਾ ਕੀਤਾ ਚਾਰ ਸਟੋਰੀਆਂ ਕੀਤੀਆਂ ਨੇ ਤੇ ਸਟੋਰੀਆਂ ਕਰਦਾ ਰਿਹਾ ਉਹ ਚੁੱਕ ਕੇ ਕੀਤੀਆਂ ਨੇ ਜਾਂ ਬਿਠਾ ਕੇ ਕੀਤੀਆਂ ਨੇ ਅੱਜ ਦਾ ਵਿਲਾਗ ਕਰਦੇ ਹਾਂ ਜੀ ਖਤਮ ਅੱਲਾ ਸੋਹਣੇ ਦੇ ਵਾਲੇ ਹੱਸਦੇ ਰਹੋ ਵਸਦੇ ਰਹੋ ਅਤੇ ਨਿੱਕਿਆਂ ਨੂੰ ਗੱਲਾਂ ਦੱਸਦੇ ਰਹੋ ਅਤੇ ਸਾਡੇ ਚੈਨਲ ਜਿਹੜਾ ਨਾ ਪਾਕਿਸਤਾਨ ਫਨੀ ਟੀ ਵੀ ਉਹਦੇ 'ਤੇ ਸਟੋਰੀਆਂ ਅਪਲੋਡ ਹੁੰਦੀਆਂ ਨੇ ਉਹ ਜ਼ਰੂਰ ਵੇਖਿਆ ਕਰੋ ਅਤੇ ਉਹਦਾ ਵਿਜ਼ਿਟ ਕਰੋ ਤੁਹਾਨੂੰ ਮਜ਼ਾ ਆਵੇਗਾ ਵੇਖਣ ਦਾ ਇਨਸ਼ਾਅੱਲਾ ਅਤੇ ਸਾਡਾ ਚੈਨਲ ਹੈ ਨਾ ਜਿਹੜਾ ਇਹਨੂੰ ਵੀ ਸਬਸਕ੍ਰਾਈਬ ਅਤੇ ਸ਼ੇਅਰ ਸ਼ੂਰ ਕਰ ਲਿਆ ਕਰੋ ਗੁੰਠਾ ਦੁਖਦਾ ਹੈ ਜਾ ਅਤੇ ਦੋਸਤਾਂ ਨੂੰ ਅੱਗੇ ਪਿੱਛੇ ਦੱਸਿਆ ਕਰੋ ਜਿਸ ਤਰ੍ਹਾਂ ਦੀ ਵੀ ਵੀਡੀਓ ਹੋਵੇ ਨਾ ਰਾਤ ਨੂੰ ਲਾ ਕੇ ਤਾਂ ਰੱਖ ਛੜਿਆ ਹੈਰ ਥੱਲਾ ਹੁੰਦੀ ਕੋਈ ਨੈੱਟ ਉਂਝ ਵੀ ਚੱਲਦਾ ਰਹਿਣਾ ਅੱਲਾ ਸੋਹਣਾ ਦਵਾਲੇ।